ਦੇਸ਼ ਭਰ ਦੇ ਵਿੱਚ ਅੱਜ ਇਨਕਮ ਟੈਕਸ ਡਿਪਾਰਟਮੈਂਟ ਦੇ ਦਫ਼ਤਰਾਂ ਦੇ ਬਾਹਰ ਹੈੱਡਕੁਆਟਰਸ ਜਿਹੜੇ ਨੇ ਉਹਨਾਂ ਦੇ ਬਾਹਰ ਧਰਨੇ ਕਾਂਗਰਸ ਪਾਰਟੀ ਲਾ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਪਿਛਲੇ 3 ਦਿਨ ਪਹਿਲਾਂ ਜਿਸ ਪ੍ਰਕਾਰ ਇਨਕਮ ਟੈਕਸ ਡਿਪਾਰਟਮੈਂਟ ਨੇ ਅਚਨਚੇਤ ਕਾਂਗਰਸ ਪਾਰਟੀ ਦੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਬਹਾਨਾ ਬਣਾ ਕੇ ਕਿ ਅਸੀਂ ਇਨਕਮ ਟੈਕਸ ਰਿਟਰਨ ਜਿਹੜੀ ਹੈ ਉਹ ਲੇਟ ਭਰੀ ਹੈ, ਸੋ ਅਸੀਂ ਤੁਹਾਨੂੰ ਹਰਜਾਨਾ ਭਰਦੇ ਹਾਂ। ਆਲਰੇਡੀ ਜਿਹੜਾ ਕੇਸ ਹੈ ਟ੍ਰਿਬਿਊਨਲ ਕੋਲੇ ਸਾਡਾ ਚੱਲ ਰਿਹਾ ਹੈ, ਟ੍ਰਿਬਿਊਨਲ ਜੋ ਫੈਸਲਾ ਕਰੇਗਾ ਉਹ ਸਾਨੂੰ ਮਨਜ਼ੂਰ ਹੋਏਗਾ, ਉਸ ਤੋਂ ਬਾਅਦ ਸੁਪਰੀਮ ਕੋਰਟ ਹੈ, ਹਾਈ ਕੋਰਟ ਹੈ। ਲੇਕਿਨ ਅਚਨਚੇਤ ਖਾਤੇ ਬੰਦ ਜਿਹੜੇ ਕੀਤੇ ਗਏ ਉਹ ਮੈਂ ਸਮਝਦਾ ਕਿ ਸਰਾਸਰ ਡੈਮੋਕ੍ਰੇਸੀ ਦਾ ਔਰ ਓਪੋਜੀਸ਼ਨ ਪਾਰਟੀਆਂ ਦਾ ਜਿਹੜੀ ਸਾਹ ਪ੍ਰਣਾਲੀ ਹੈ, ਯਾਨੀ ਕਿ ਜਿਸ ਘਰ ਦੀ ਜਾਂ ਜਿਸ ਪਰਿਵਾਰ ਦੀ ਜਾਂ ਜਿਸ ਪਾਰਟੀ ਦੀ ਜਾਂ ਜਿਸ ਕੋਈ ਵੀ ਕੰਪਨੀ ਦੀ, ਅਗਰ ਉਹਦੇ ਖਾਤੇ ਸੀਲ ਕਰ ਦਿਓਗੇ ਤਾਂ ਜੋ ਓਪਰੇਟ ਹੀ ਨਾ ਕਰਨ ਪਾਉਣ। ਇਹ ਪੁਰਾਣਾ ਕੇਸ ਹੈ, ਕੋਈ ਅੱਜ ਦਾ ਨਵਾਂ ਕੇਸ ਨਹੀਂ। ਔਰ ਇਹ ਅਚਨਚੇਤ ਜਦੋਂ ਇਲੈਕਸ਼ਨ ਆ ਗਏ, ਅੱਜ ਇਲੈਕਸ਼ਨ ਆਏ 3 ਮਹੀਨੇ ਰਹਿ ਗਏ, ਹੁਣ ਜੇ ਸਾਡੇ ਖਾਤੇ ਸੀਲ ਕਰ ਦਿਓਗੇ ਤਾਂ ਜਿਹੜਾ ਕੋਈ ਅਸੀਂ ਖਰਚਾ ਕਰਨਾ ਹੋਏਗਾ ਉਹ ਕਿੱਦਾਂ ਕਰਾਂਗੇ। ਹਾਲਾਂਕਿ ਇਹ ਸਰਾਸਰ ਧੱਕਾ ਜ਼ਾਸਤੀ ਹੈ, ਬਹੁਤ ਵੱਡਾ ਇੱਕ ਫੈਸਲਾ ਜਿਹੜਾ ਇਲੈਕਟ੍ਰੋਲ ਬੌਂਡਸ ਦੇ ਖਿਲਾਫ ਸੁਪਰੀਮ ਕੋਰਟ ਨੇ ਕਿਹਾ ਹੈ। ਉਹਨਾਂ ਨੇ ਕਿਹਾ ਇਹ ਲੀਗਲ ਕਰਪਸ਼ਨ ਕਰ ਦਿੱਤੀ ਗਈ ਹੈ ਕਰਪਸ਼ਨ ਪਾਰਟੀਜ਼ ਦੀ। ਔਰ ਜਿਸ ਪ੍ਰਕਾਰ ਪਿਛਲੇ 6 ਸਾਲਾਂ 'ਚ 6500 ਕਰੋੜ ਰੁਪਇਆ ਇਲੈਕਟ੍ਰੋਲ ਬੌਂਡ ਯਾਨੀ ਕਿ ਕਾਰਪੋਰੇਟ ਘਰਾਨਿਆਂ ਨੇ ਪੈਸਾ ਦਿੱਤਾ ਬੀਜੇਪੀ ਨੂੰ, 97% ਬੀਜੇਪੀ ਪੈਸਾ ਲੈ ਗਈ, 3% ਅਦਰ ਦੇਸ਼ ਦੀਆਂ ਪਾਰਟੀਆਂ। ਔਰ ਉਹਦੇ 'ਚ ਇਹ ਵੀ ਕਿਹਾ ਗਿਆ, ਇਹਨਾਂ ਨੇ ਸੰਸ਼ੋਧਨ ਕੀਤਾ ਸੀ ਕਿ ਇਲੈਕਟ੍ਰੋਲ ਬੌਂਡ ਜਦੋਂ ਕੋਈ ਦੇਗਾ ਔਰ ਕੋਈ ਕਿਸੇ ਪ੍ਰਕਾਰ ਦੀ RTI ਨਹੀਂ ਲੈ ਸਕਦਾ, ਅਸੀਂ ਕਿਸੇ ਪ੍ਰਕਾਰ ਦੀ ਕੋਈ ਇਨਫੋਰਮੇਸ਼ਨ ਨਹੀਂ ਦਿਆਂਗੇ। ਇਸ ਤੋਂ ਪਹਿਲਾਂ ਇਹ ਕਾਨੂੰਨ ਸੀ, ਲੇਕਿਨ ਆਮਦਨ 'ਚੋਂ ਕੇਵਲ 10% ਜਿਹੜਾ ਹਿੱਸਾ ਹੈ ਆਮਦਨ 'ਚੋਂ 10% ਕਿਸੇ ਪਾਰਟੀ ਨੂੰ ਦੇ ਸਕਦਾ ਹੈ, ਜਿਹਦੇ 'ਤੇ ਇਨਕਮ ਟੈਕਸ ਦਾ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਲੱਗੇਗਾ। ਹੁਣ ਚਾਹੇ 100 ਕਰੋੜ ਦੇਵੇ, 50 ਕਰੋੜ ਦੇਵੇ, ਉਹਦੇ 'ਤੇ ਕੋਈ ਟੈਕਸ ਨਹੀਂ ਲੱਗੇਗਾ। ਚਾਹੇ 500 ਕਰੋੜ ਦੇਵੇ ਤੇ ਨਾ ਹੀ ਉਹਦੀ ਇਨਫੋਰਮੇਸ਼ਨ ਕਿਸੇ ਨੂੰ ਦੱਸੀ ਜਾਏਗੀ। ਹਾਲਾਂਕਿ SBI ਨੂੰ ਇਹ ਦਿੱਤਾ ਗਿਆ ਇਹ ਕੰਮ, SBI ਬੈਂਕ ਜਿਹੜਾ ਇਲੈਕਟ੍ਰੋਲ ਬੌਂਡਸ ਦਿੰਦਾ ਹੈ, ਸਮੇਂ ਸਮੇਂ ਸਿਰ ਜਦੋਂ ਰਿਜ਼ਰਵ ਬੈਂਕ ਦੇ ਮੁਖੀਆਂ ਤੋਂ ਇਨਫੋਰਮੇਸ਼ਨ ਮੰਗੀ ਗਈ, ਉਹਨਾਂ ਨੇ ਕਿਹਾ ਕਿ ਇਹ ਸਾਰਾ ਸਿਸਟਮ ਤੈਸ਼ ਨੈਸ਼ ਹੋ ਜਾਏਗਾ, ਇਹ ਤੁਸੀਂ ਨਾ ਕਰੋ। ਲੇਕਿਨ ਆਲਰੇਡੀ ਸਲਾਹ ਉਦੋਂ ਮੰਗੀ ਗਈ 3 ਦਿਨ ਪਹਿਲਾਂ, ਤੇ ਜਦੋਂ ਫਾਈਨਾਂਸ ਡਿਪਾਰਟਮੈਂਟ ਦੀ ਬੁਕਲੈਟ ਛਪ ਚੁੱਕੀ ਸੀ, ਅਨਾਊਂਸਮੈਂਟ ਕਰਨੀ ਸੀ। ਸੋ ਮੇਰੇ ਕਹਿਣ ਦਾ ਮਤਲਬ, ਕਿੱਡਾ ਵੱਡਾ ਬੀਜੇਪੀ ਦਾ ਘੁਟਾਲਾ ਹੈ। ਅੱਜ ਸਾਨੂੰ ਲੋਕ ਕਹਿੰਦੇ 70 ਸਾਲ ਮੈਂ ਕਿਆ ਕੀਆ, 70 ਸਾਲਾਂ ਦੀ ਪਾਰਟੀ ਕੋਲੇ, 138 ਵਰੇ ਪੁਰਾਣੀ ਪਾਰਟੀ ਕੋਲੇ, ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ, ਸਾਡੇ ਕੋਲੇ 170-180 ਕਰੋੜ ਰੁਪਏ ਹੈ। ਦੂਜੇ ਪਾਸੇ ਜਿਹੜੀ 10 ਸਾਲਾਂ 'ਚ ਹੋਂਦ 'ਚ ਪਾਰਟੀ ਆਈ ਹੈ ਉਹਦੇ ਕੋਲ 6500 ਕਰੋੜ ਰੁਪਈਆ, ਇਹ ਅਸੀਂ ਨਹੀਂ ਕਰ ਸਕੇ। ਇਹਦੀ ਕੌਣ ਇਨਕੁਆਇਰੀ ਕਰੇਗਾ, ਜਾਂਚ ਕਰੇਗਾ? ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਘਰਾਣਿਆਂ ਦੇ ਨਾਮ ਉਜਾਗਰ ਕੀਤੇ ਜਾਣ ਜਿਨ੍ਹਾਂ ਘਰਾਣਿਆਂ ਨੇ ਪੋਲੀਟੀਕਲ ਪਾਰਟੀਜ਼ ਨੂੰ ਇਲੈਕਟ੍ਰੋਲ ਬੌਂਡ ਦਿੱਤੇ ਹੈ, ਤਾਂ ਜੋ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੀ ਕੰਪਨੀ ਨੇ ਕਿੰਨੇ ਇਲੈਕਟ੍ਰੋਲ ਬੌਂਡ ਕਿਹੜੇ ਪਾਰਟੀ ਨੂੰ ਦਿੱਤੇ ਤੇ ਰਾਜਨੀਤਿਕ ਫਾਇਦਾ ਉਹਨਾਂ ਤੋਂ ਕੀ ਲਿਆ। ਸੋ ਅੱਜ ਅਸੀਂ ਧਰਨਾ ਲਾਉਣ ਆਏ ਸੀ, ਮੋਦੀ ਸਾਹਿਬ ਨੇ ਦੇਸ਼ ਸਾਰਾ ਵੇਚਦਾ ਹਾਂ, 3 ਚੀਜ਼ਾਂ ਮੁੱਲ ਲੈ ਲਈਆਂ ਪੱਕੇ ਤੌਰ ਤੇ, ED, CBI ਤੇ ਇਨਕਮ ਟੈਕਸ। ਹੁਣ ਜਿਸ ਨੂੰ ਵੀ ਡਰਾਉਣਾ ਧਮਕਾਉਣਾ ਹੁੰਦਾ ਉਹਨੂੰ ਇਹਨਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਡਰਾਉਂਦੇ ਧਮਕਾਉਂਦੇ ਆ, ਕਈਆਂ ਨੂੰ ਆਪਦੇ ਨਾਲ ਸ਼ਾਮਿਲ ਕਰ ਲੈਂਦੇ ਆ।
ਸੋ ਮੇਰੇ ਕਹਿਣ ਤੋਂ ਭਾਵ ਹੈ ਇਹ ਨਹੀਂ ਚੱਲੇਗਾ, ਲੋਕਤੰਤਰ ਦੀ ਹੱਤਿਆ ਨਹੀਂ ਹੋਣ ਦਿਆਂਗੇ, ਅਸੀਂ ਲੜਾਂਗੇ ਮਰਤੇ ਦਮ ਤੱਕ ਲੜਾਂਗੇ। ਗਾਂਧੀ ਜੀ ਦੀ ਸੋਚ ਤੇ, ਭਗਤ ਸਿੰਘ ਜੀ ਦੀ ਸੋਚ ਤੇ, ਸ਼ਹੀਦ ਆਦਮ ਊਧਮ ਸਿੰਘ ਦੀ ਸੋਚ ਤੇ ਅਸੀਂ ਲੜ ਕੇ ਮਰਾਂਗੇ, ਨਾ ਕਿ ਅਸੀਂ ਡਰ ਕੇ ਮਰਾਂਗੇ। ਮੈਂ ਤਾਂ ਕਹਿੰਦਾ ਕਿ ਕਿਸਾਨਾਂ ਨਾਲ ਬਿਲਕੁਲ ਸਰਾਸਰ ਧੱਕਾ ਹੋਇਆ। ਉਦੋਂ ਵੀ ਕਿਸਾਨ ਮੰਗਦਾ ਕੀ ਹੈ? ਲੀਗਲ ਗਰੰਟੀ। ਕਿਸਾਨ ਕਹਿੰਦਾ ਮੇਰੀ ਫਸਲ ਜਿਹੜੀ ਆ ਉਹ ਇਸ ਦਾਮ ਤੋਂ ਘੱਟ ਰੇਟਾਂ ਦੇ ਨਾ ਚੱਕੀ ਜਾਵੇ, ਤੇ ਇਹ ਵਾਅਦਾ ਕੀਤਾ ਸੀ। ਇਹ ਸਸਪੈਂਡ ਜਦੋਂ ਲਾਜ ਕੀਤੇ ਸੀ ਉਹਨਾਂ ਨੂੰ ਉੱਥੋਂ ਦਿੱਲੀ ਦੀਆਂ ਬਰੂਹਾਂ ਤੋਂ ਤੋਰਿਆ ਸੀ, 700 ਕਿਸਾਨ ਸ਼ਹੀਦ ਕਰਾ ਕੇ ਕਿਸਾਨਾਂ ਨਾਲ ਤਮਾਮ ਵਾਅਦੇ ਕੀਤੇ ਸਨ। ਅੱਜ ਕਿਸਾਨ ਵੇਖਦਾ ਵੀ 10 ਸਾਲ 5 ਸਾਲ ਲੰਘ ਗਏ, ਆਹ ਖਤਮ ਹੋ ਗਈ ਕਹਾਣੀ। ਹੁਣ ਫੇਰ ਆਦਰਣੀ ਨਰਿੰਦਰ ਮੋਦੀ ਸਾਹਿਬ ਨੇ ਉਹਦੇ ਤੇ ਕੋਈ ਅਸਰ ਨਹੀਂ ਕੀਤਾ, ਆਉਣ ਵਾਲੇ ਸਮੇਂ ਚ ਕਾਨੂੰਨ ਲਾਗੂ ਕਰ ਦੇਣਗੇ, ਫਿਰ ਕੀ ਕਰਾਂਗੇ? ਕਿਉਂਕਿ ਨਰਿੰਦਰ ਮੋਦੀ ਜੀ ਨੂੰ ਇੱਕ ਗੱਲ ਦਾ ਪਤਾ ਹੈ ਕਿ ਪੰਜਾਬ ਦੇ ਕਿਸਾਨ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਾਂਗੇ ਤਦ ਹੀ ਅਸੀਂ ਇਹਦੇ ਤੇ RSS ਦੀ ਵਿਚਾਰਧਾਰਾ ਲਾਗੂ ਕਰ ਸਕਦੇ ਹਾਂ, ਨਹੀਂ ਸਾਡਾ ਪੰਜਾਬ ਦੇ ਵਿੱਚ ਕੁਝ ਵੱਟਿਆ ਨਹੀਂ ਜਾਏਗਾ।